ਗੁਰਾਇ ਨਜ਼ਦੀਕ ਪਿੰਡ ਮਨਸੂਰਪੁਰ ਵਿਖੇ ਪਿੰਡ ਵਾਸੀਆਂ ਵੱਲੋਂ ਬਿਜਲੀ ਵਿਭਾਗ ਦੇ ਕੰਮ ਕਰਨ ਆਏ ਮੁਲਾਜ਼ਮਾਂ ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਵਾਰਡ ਨੰਬਰ 2 ਵਿਖੇ ਬਿਜਲੀ ਵਿਭਾਗ ਮੁਲਾਜ਼ਮ ਟਰਾਂਸਫਾਰਮਰ ਲਗਾਉਣ ਲਈ ਆਏ ਸਨ, ਜੋ ਕਿ ਪਿੰਡ ਦੀ ਆਬਾਦੀ ਵਿੱਚ ਲਗਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਜਿਸ ਜਗ੍ਹਾ ਇਹ ਟਾਵਰ ਲਗਾਇਆ ਜਾ ਰਿਹਾ ਹੈ ਉੱਥੇ ਛੋਟੇ ਛੋਟੇ ਬੱਚੇ ਖੇਡਦੇ ਨੇ ਅਤੇ ਬੀਬੀਆਂ ਅਤੇ ਬਜ਼ੁਰਗ ਧੁੱਪ ਸੇਕਦੀਆਂ ਹਨ। ਇਸੇ ਹੀ ਜਗ੍ਹਾ 'ਤੇ ਆ ਕੇ ਸਕੂਲੀ ਬੱਸਾਂ ਵੀ ਰੁਕਦੀਆਂ ਹਨ ਅਤੇ ਇਸ ਟਰਾਂਸਫਾਰਮਰ ਦੇ ਲੱਗਣ ਨਾਲ ਕੋਈ ਹਾਦਸਾ ਵੀ ਵਾਪਰ ਸਕਦਾ ਹੈ। ਉਹਨਾਂ ਮੰਗ ਕੀਤੀ ਕਿ ਇਸ ਨੂੰ ਇਸ ਥਾਂ ਤੋਂ ਹਟਾ ਕੇ ਕਿਸੇ ਖੁੱਲ੍ਹੀ ਜਗ੍ਹਾ 'ਤੇ ਜਾਂ ਫਿਰ ਪੰਚਾਇਤ ਦੀ ਸ਼ਾਮਲਾੜ ਦੀ ਥਾਂ 'ਤੇ ਲਗਾਇਆ ਜਾਵੇ। ਪਿੰਡ ਵਾਸੀਆਂ ਮੁਤਾਬਕ ਉਹਨਾਂ ਵੱਲੋਂ ਇਸ ਮਾਮਲੇ ਸੰਬੰਧੀ ਵਿਭਾਗ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਜਾ ਚੁੱਕੀ ਹੈ। ਪਿੰਡ ਵਾਸੀਆਂ ਵੱਲੋਂ ਵਿਰੋਧ ਕਰਨ ਤੋਂ ਬਾਅਦ ਫਿਲਹਾਲ ਵਿਭਾਗ ਵੱਲੋਂ ਇਸ ਕੰਮ ਨੂੰ ਬੰਦ ਕਰਵਾ ਦਿੱਤਾ ਗਿਆ ਹੈ। ਬਲਰਾਜ ਕੁਮਾਰ ਨਾਮ ਹੈ ਜੀ ਮੇਰਾ, ਪਿੰਡ ਮਨਸੂਰਪੁਰ ਆ। ਕੀ ਮਾਮਲਾ ਕੀ ਅੱਜ ਸਾਰੇ ਇਕੱਠੇ ਹੋਏ ਆਪਾਂ? ਮਾਮਲਾ ਇਹੀ ਆ ਵੀ ਟਰਾਂਸਫਰ ਇੱਥੇ ਰੱਖਣ ਲੱਗੇ ਆ ਇੱਕ ਮਹੀਨੇ ਤੋਂ। ਅਸੀਂ ਇਹਨਾਂ ਨੂੰ ਕਹਿ ਰਹੇ ਵੀ ਇੱਥੇ ਨਾ ਰੱਖੋ, 9 ਜਨਵਰੀ ਦੀ ਐਪਲੀਕੇਸ਼ਨ ਦਿੱਤੀ ਵਾ ਪਿੰਡ ਵੱਲੋਂ। ਹਾਂਜੀ, ਐਸ ਡੀ ਓ ਸਾਹਿਬ ਨੂੰ। ਅੱਛਾ ਜੀ, ਅਤੇ ਉਹ ਨਹੀਂ ਕੋਈ ਸਾਡੇ ਹੱਕ 'ਚ ਨਹੀਂ ਸੁਣਾਇਆ ਕੋਈ ਫੈਸਲਾ। ਕੀ ਵਜ੍ਹਾ ਕੀ ਹੈਗੀ ਇੱਥੇ ਟਰਾਂਸਫਰ ਕਿਉਂ ਰੱਖ ਰਹੇ ਅਤੇ ਆਪਾਂ ਕਿਉਂ ਨਹੀਂ ਰੱਖਣ ਦਿੰਦੇ? ਵਜ੍ਹਾ ਇਹੀ ਆ ਵੀ ਇੱਥੇ ਬੱਚੇ ਛੋਟੇ ਛੋਟੇ ਘੁੰਮਦੇ, ਜ਼ਿਆਦਾ ਆਵਾਜਾਈ ਵਾਲਾ ਏਰੀਆ, ਬੱਚੇ ਇੱਥੋਂ ਸਕੂਲੇ ਚੜ੍ਹਦੇ ਆ ਬਹਿੰਦੇ, ਇੱਥੇ ਬਜ਼ੁਰਗ ਬਹਿੰਦੇ ਧੁੱਪੇ, ਇੱਥੇ ਦੇਖ ਲਓ ਕਿੰਨੇ ਘਰ ਆਲੇ ਦੁਆਲੇ। ਹੋਰ ਸ਼ਾਮ ਲਾਟ ਵਾਲੀ ਜਗ੍ਹਾ ਉੱਥੇ ਅਸੀਂ ਕਹਿੰਦੇ ਵੀ ਉੱਥੇ ਰੱਖ ਦਿਓ। ਅੱਜ ਆਏ ਵੀ ਸੀਗੇ ਇੱਥੇ ਲਾਣ ਬਿਜਲੀ ਵਾਲੇ? ਹਾਂਜੀ ਆਏ ਸੀਗੇ, ਉਹਨਾਂ ਨੂੰ ਅਸੀਂ ਬੈਠੇ ਹਾਂ ਰੱਖਣ ਨਹੀਂ ਦਿੱਤਾ ਅਤੇ ਉਹ ਲੈ ਗਏ। ਹੁਣ ਫਿਰ ਪਤਾ ਨਹੀਂ ਆਉਣਗੇ ਜਾਂ ਆਪਾਂ। ਮੰਗ ਇਹੀ ਆ ਵੀ ਇੱਥੋਂ ਚੁਕਾ ਕੇ ਉਹ ਜਿੱਥੇ ਜਗ੍ਹਾ ਅੱਗੇ ਪਿੱਛੇ ਕਰ ਦੇਣ, ਸ਼ਾਮ ਲੜ ਵਾਲੀ ਥਾਂ ਰੱਖ ਦੇਣ। ਬਹੁਤ ਥਾਂ ਆ, ਜੇ ਥਾਂ ਨਾ ਹੋਵੇ ਤਾਂ ਵੀ ਆ। ਉਹ ਤਾਂ ਸਾਡੇ ਤੋਂ ਕਹਿੰਦੇ ਵੀ ਤੁਸੀਂ ਪੈਸੇ ਦਿਓ। ਪੈਸੇ ਕਿਸ ਚੀਜ਼ ਦੇ ਮੰਗਦੇ? ਉਹ ਕਹਿੰਦੇ ਵੀ ਖਰਚਾ ਦੇ ਦਿਓ, ਅਸੀਂ ਗਾਂਹ ਕਰ ਦਿੰਦੇ ਹਾਂ। ਵੀ ਹੁਣ ਸਰਕਾਰ ਤੋਂ ਇੰਨੇ ਵੀ ਪੈਸੇ ਆ ਨਹੀਂ ਵੀ ਅਸੀਂ ਲੋਕਾਂ ਤੋਂ ਪੈਸੇ ਲੈਣਗੇ, ਢਾਲ ਲਾਉਣਗੇ ਉਹ ਬਿਜਲੀ ਬੋਰਡ ਵਾਲੇ ਜੀ। ਕੋਈ ਦੱਸਿਆ ਵੀ ਕਿੰਨੇ ਪੈਸੇ ਮੰਗਦੇ? ਨਹੀਂ ਉਹ ਕਹਿੰਦੇ ਢਾਲ ਦੇ ਦਿਓ, ਢਾਲ ਲਾ ਲਓ ਘਰਾਂ ਨੂੰ ਵੀ ਜਿੰਨੇ ਖਰਚਾ ਆਉਂਦਾ ਦਿਓ, ਟਰਾਂਸਫਰ ਨੂੰ ਅੱਗੇ ਕਰ ਦਿੰਦੇ ਹਾਂ। ਵੀ ਹੁਣ ਸਰਕਾਰ ਤੋਂ ਇੰਨਾ ਵੀ ਪੈਸਾ ਨਹੀਂ ਵੀ ਲੋਕਾਂ 'ਤੇ ਬੋਝ ਪਾਉਣਗੇ ਵੀ। ਉੱਧਰ ਇਸ ਸੰਬੰਧੀ ਜਦੋਂ ਵਿਭਾਗ ਦੇ ਜੇਈ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਪਿੰਡ ਵਿੱਚ ਟਰਾਂਸਫਾਰਮਰ ਦੀ ਲੋੜ ਹੈ ਅਤੇ ਸਰਕਾਰੀ ਜਗ੍ਹਾ 'ਤੇ ਉਹਨਾਂ ਵੱਲੋਂ ਟਰਾਂਸਫਾਰਮਰ ਲਗਾਇਆ ਜਾ ਰਿਹਾ ਸੀ, ਪਰ ਕੁਝ ਘਰਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਹੈ ਅਤੇ ਸਰਕਾਰੀ ਕੰਮ ਦੇ ਵਿੱਚ ਵਿਘਨ ਪਾਇਆ ਗਿਆ ਹੈ। ਉਹਨਾਂ ਕਿਹਾ ਕਿ ਜਾਂ ਤਾਂ ਪਿੰਡ ਵਾਸੀ ਵਿਭਾਗ ਨੂੰ ਲਿਖ ਕੇ ਦੇਣ ਕਿ ਜਿਸ ਥਾਂ 'ਤੇ ਉਹ ਟਰਾਂਸਫਾਰਮਰ ਲਗਾਉਣ ਨੂੰ ਕਹਿ ਰਹੇ ਹਨ ਉੱਥੇ ਉਸੇ ਹੀ ਜਗ੍ਹਾ 'ਤੇ ਟਰਾਂਸਫਾਰਮਰ ਲਗਾਇਆ ਜਾਵੇਗਾ ਅਤੇ ਕੋਈ ਵੀ ਇਤਰਾਜ਼ ਨਹੀਂ ਕਰੇਗਾ।